ਲੋਕ ਬੜਾ ਵੱਡਾ ਦਿਲ ਕੇ ਬਰਨਾਲੇ ਹੋਣਾ ਨੇ ਗਲਤੀਆਂ ਹੋਈਆਂ ਸੀ, ਮਾਫੀ ਮੰਗੀ ਸੀ, ਫੱਟੀ ਪਵਾ ਕੇ ਸਾਹਮਣੇ ਆ ਕੇ ਕੱਲ ਤਖ਼ਤ ਪੇਸ਼ ਹੋਏ ਸੀ ਲੁੱਕ ਲੁੱਕ ਕੇ ਨੀ ਯਾਰ। ਗੁਰੂ ਘਰ ਦੇ ਵਿੱਚ ਪਿੱਛੇ ਜਾਣ ਦਾ ਅੱਗੇ ਜਾਣ ਦਾ ਇਹ ਕੀ ਮਤਲਬ ਆ? ਗੁਰੂ ਘਰ ਦੀ ਜਿਹੜੀ ਮਰਜ਼ਾਦਾ ਵਾ ਉਸ ਤਰ੍ਹਾਂ ਮਾਫੀ ਮੰਗਣੀ ਚਾਹੀਦੀ ਸੀ, ਉਹ ਮਾਫੀ ਨਹੀਂ ਮੰਗੀ। ਹਾਂਜੀ ਹਾਂਜੀ, ਵੇਖੋ ਇੱਥੇ ਬੂਟਾ ਸਿੰਘ ਹੋਮ ਮਿਨਿਸਟਰ ਵੀ ਹੋਇਆ, ਇੱਥੇ ਗਿਆਨੀ ਜੀ ਵੀ ਹੋਏ, ਇੱਥੇ ਬਰਨਾਲਾ ਸਾਹਿਬ ਵੀ ਹੋਏ, ਜਿਹੜਾ ਜਿਹੜਾ ਵੀ ਇਸ ਗੁਰੂ ਘਰ ਚ ਨਿਊ ਕੇ ਆਇਆ ਵਾ ਉਹਨੂੰ ਮਾਫੀ ਵੀ ਮਿਲੀ ਆ। ਇੱਥੇ ਤਾਂ ਨਿਊ ਕੇ ਆਉਣਾ ਚਾਹੀਦਾ, ਇਹ ਨਹੀਂ ਕਹਿਣਾ ਚਾਹੀਦਾ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਸੰਗਤ ਅਕਾਲ ਤਖ਼ਤ ਨਾਲੋਂ ਸਭ ਤੋਂ ਉੱਤਮ ਆ। ਕੀ ਪ੍ਰਕਿਰਿਆ ਰਹਿਣ ਵਾਲੀ ਹੈ ਜੀ? ਅੱਜ ਤਾਂ ਮੇਰਾ ਖਿਆਲ ਹੈ ਜੀ ਇਹਨਾਂ ਨੇ ਲਿਖ ਕੇ ਦਿੱਤਾ ਵੀ ਸਾਡੇ ਕੋਲ ਆਹ ਗਲਤੀਆਂ ਹੋਈਆਂ, ਗਲਤੀਆਂ ਦਾ ਵਿੱਚ ਜ਼ਿਕਰ ਆ, ਤੇ ਸਾਨੂੰ ਅਸੀਂ ਸਰਕਾਰ ਦਾ ਹਿੱਸਾ ਸਾਂ, ਅਸੀਂ ਉਸ ਵੇਲੇ ਬੋਲੇ ਨਹੀਂ, ਸਾਨੂੰ ਬੋਲਣਾ ਚਾਹੀਦਾ ਸੀ। ਬੇਸ਼ੱਕ ਵਨ ਮੈਨ ਆਰਮੀ ਸੀ, ਫੈਸਲੇ ਤਾਂ ਸੁਖਬੀਰ ਦੇ ਸੀ, ਪਰ ਭਾਗੀਆਂ ਦੇ ਅਸੀਂ ਵੀ ਆ। ਇਸ ਕਰਕੇ ਉਹ ਲਿਖ ਕੇ ਗਲਤੀਆਂ ਦਿੱਤੀਆਂ ਇਹਨਾਂ ਨੇ ਜਥੇਦਾਰ ਜੀ ਨੂੰ। ਜਥੇਦਾਰ ਜੀ ਜਦੋਂ ਇਹਨਾਂ ਨੂੰ ਟਾਈਮ ਦੇਣਗੇ ਤੇ ਫਿਰ ਪੇਸ਼ ਹੋਣਗੇ ਨਿਊ ਕੇ ਚਰਨਾਂ ਚ, ਜੋ ਹੁਕਮ ਕਰਨਗੇ ਮੰਨਣਾ ਪਊਗਾ। ਨਹੀਂ ਜੀ, ਅਕਾਲ ਤਖ਼ਤ ਤੇ ਹਮੇਸ਼ਾ ਪਤਾਉਂਦੇ ਰਹੇ ਆ, ਅਕਾਲ ਤਖ਼ਤ ਸਾਡੇ ਵਾਸਤੇ ਸੁਪਰੀਮ ਆ। ਜਦੋਂ ਮਿਸਲਾਂ ਦਾ ਵੀ ਝਗੜਾ ਹੁੰਦਾ ਸੀ ਉਦੋਂ ਵੀ ਇੱਥੇ ਮੁੱਕਦਾ ਸੀ। ਤੁਹਾਨੂੰ ਲੱਗਦਾ ਜੀ ਹੁਣ ਜ਼ਮੀਨ ਹੀ ਤਲਾਸ਼ ਰਹੇ, ਦੁਬਾਰਾ ਜ਼ਮੀਨ ਤਲਾਸ਼ ਰਹੇ ਨੇ? ਜਦੋਂ ਤੁਸੀਂ ਕਹਿ ਰਹੇ ਬਾਕੀ ਉਦੋਂ ਬੋਲੇ ਨਹੀਂ, ਉਦੋਂ ਇਹ ਸਾਰੀਆਂ ਗਲਤੀਆਂ ਹੋਈਆਂ, ਹੁਣ ਇਹਨਾਂ ਦੀ ਜ਼ਮੀਨ ਨਹੀਂ? ਜ਼ਮੀਨ ਨਹੀਂ, ਜ਼ਮੀਨ ਤਾਂ ਇੱਕੋ ਜਿਹੀ ਆ ਜੀ। ਜ਼ਮੀਨ ਤਾਂ ਅਕਾਲੀ ਦਲ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ, ਜਿਸ ਅਕਾਲੀ ਦਲ ਨੂੰ ਪਿਛਲੇ 10 ਸਾਲਾਂ 'ਚ ਕਦੀ 3 ਸੀਟਾਂ, ਕਦੀ 1 ਸੀਟ, ਕਦੀ 10 ਤੇ ਜ਼ਮਾਨਤਾਂ, ਜਦ ਤਾਂ ਜ਼ਮੀਨ ਤਾਂ ਸਾਰਿਆਂ ਨੂੰ ਤਲਾਸ਼ਣ ਵਾਸਤੇ ਫਿਕਰਮੰਦ ਹੋਣਾ ਚਾਹੀਦਾ। ਲੋਕ ਬੜਾ ਵੱਡਾ ਦਿਲ ਕੇ ਬਰਨਾਲੇ ਹੋਣਾ ਨੇ ਗਲਤੀਆਂ ਹੋਈਆਂ ਸੀ, ਮਾਫੀ ਮੰਗੀ ਸੀ, ਫੱਟੀ ਪਵਾ ਕੇ ਸਾਹਮਣੇ ਆ ਕੇ ਕੱਲ ਤਖ਼ਤ ਪੇਸ਼ ਹੋਏ ਸੀ ਲੁੱਕ ਲੁੱਕ ਕੇ ਨੀ ਯਾਰ। ਗੁਰੂ ਘਰ ਦੇ ਵਿੱਚ ਪਿੱਛੇ ਜਾਣ ਦਾ ਅੱਗੇ ਜਾਣ ਦਾ ਇਹ ਕੀ ਮਤਲਬ ਆ? ਗੁਰੂ ਘਰ ਦੀ ਜਿਹੜੀ ਮਰਜ਼ਾਦਾ ਵਾ ਉਸ ਤਰ੍ਹਾਂ ਮਾਫੀ ਮੰਗਣੀ ਚਾਹੀਦੀ ਸੀ, ਉਹ ਮਾਫੀ ਨਹੀਂ ਮੰਗੀ। ਹਾਂਜੀ ਹਾਂਜੀ, ਵੇਖੋ ਇੱਥੇ ਬੂਟਾ ਸਿੰਘ ਹੋਮ ਮਿਨਿਸਟਰ ਵੀ ਹੋਇਆ, ਇੱਥੇ ਗਿਆਨੀ ਜੀ ਵੀ ਹੋਏ, ਇੱਥੇ ਬਰਨਾਲਾ ਸਾਹਿਬ ਵੀ ਹੋਏ, ਜਿਹੜਾ ਜਿਹੜਾ ਵੀ ਇਸ ਗੁਰੂ ਘਰ ਚ ਨਿਊ ਕੇ ਆਇਆ ਵਾ ਉਹਨੂੰ ਮਾਫੀ ਵੀ ਮਿਲੀ ਆ। ਇੱਥੇ ਤਾਂ ਨਿਊ ਕੇ ਆਉਣਾ ਚਾਹੀਦਾ, ਇਹ ਨਹੀਂ ਕਹਿਣਾ ਚਾਹੀਦਾ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਸੰਗਤ ਅਕਾਲ ਤਖ਼ਤ ਨਾਲੋਂ ਸਭ ਤੋਂ ਉੱਤਮ ਆ। ਕੀ ਪ੍ਰਕਿਰਿਆ ਰਹਿਣ ਵਾਲੀ ਹੈ ਜੀ? ਅੱਜ ਤਾਂ ਮੇਰਾ ਖਿਆਲ ਹੈ ਜੀ ਇਹਨਾਂ ਨੇ ਲਿਖ ਕੇ ਦਿੱਤਾ ਵੀ ਸਾਡੇ ਕੋਲ ਆਹ ਗਲਤੀਆਂ ਹੋਈਆਂ, ਗਲਤੀਆਂ ਦਾ ਵਿੱਚ ਜ਼ਿਕਰ ਆ, ਤੇ ਸਾਨੂੰ ਅਸੀਂ ਸਰਕਾਰ ਦਾ ਹਿੱਸਾ ਸਾਂ, ਅਸੀਂ ਉਸ ਵੇਲੇ ਬੋਲੇ ਨਹੀਂ, ਸਾਨੂੰ ਬੋਲਣਾ ਚਾਹੀਦਾ ਸੀ। ਬੇਸ਼ੱਕ ਵਨ ਮੈਨ ਆਰਮੀ ਸੀ, ਫੈਸਲੇ ਤਾਂ ਸੁਖਬੀਰ ਦੇ ਸੀ, ਪਰ ਭਾਗੀਆਂ ਦੇ ਅਸੀਂ ਵੀ ਆ। ਇਸ ਕਰਕੇ ਉਹ ਲਿਖ ਕੇ ਗਲਤੀਆਂ ਦਿੱਤੀਆਂ ਇਹਨਾਂ ਨੇ ਜਥੇਦਾਰ ਜੀ ਨੂੰ। ਜਥੇਦਾਰ ਜੀ ਜਦੋਂ ਇਹਨਾਂ ਨੂੰ ਟਾਈਮ ਦੇਣਗੇ ਤੇ ਫਿਰ ਪੇਸ਼ ਹੋਣਗੇ ਨਿਊ ਕੇ ਚਰਨਾਂ ਚ, ਜੋ ਹੁਕਮ ਕਰਨਗੇ ਮੰਨਣਾ ਪਊਗਾ। ਨਹੀਂ ਜੀ, ਅਕਾਲ ਤਖ਼ਤ ਤੇ ਹਮੇਸ਼ਾ ਪਤਾਉਂਦੇ ਰਹੇ ਆ, ਅਕਾਲ ਤਖ਼ਤ ਸਾਡੇ ਵਾਸਤੇ ਸੁਪਰੀਮ ਆ। ਜਦੋਂ ਮਿਸਲਾਂ ਦਾ ਵੀ ਝਗੜਾ ਹੁੰਦਾ ਸੀ ਉਦੋਂ ਵੀ ਇੱਥੇ ਮੁੱਕਦਾ ਸੀ। ਤੁਹਾਨੂੰ ਲੱਗਦਾ ਜੀ ਹੁਣ ਜ਼ਮੀਨ ਹੀ ਤਲਾਸ਼ ਰਹੇ, ਦੁਬਾਰਾ ਜ਼ਮੀਨ ਤਲਾਸ਼ ਰਹੇ ਨੇ? ਜਦੋਂ ਤੁਸੀਂ ਕਹਿ ਰਹੇ ਬਾਕੀ ਉਦੋਂ ਬੋਲੇ ਨਹੀਂ, ਉਦੋਂ ਇਹ ਸਾਰੀਆਂ ਗਲਤੀਆਂ ਹੋਈਆਂ, ਹੁਣ ਇਹਨਾਂ ਦੀ ਜ਼ਮੀਨ? ਨਹੀਂ, ਜ਼ਮੀਨ ਤਾਂ ਇੱਕੋ ਜਿਹੀ ਆ ਜੀ। ਜ਼ਮੀਨ ਤਾਂ ਅਕਾਲੀ ਦਲ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ, ਜਿਸ ਅਕਾਲੀ ਦਲ ਨੂੰ ਪਿਛਲੇ 10 ਸਾਲਾਂ 'ਚ ਕਦੀ 3 ਸੀਟਾਂ, ਕਦੀ 1 ਸੀਟ, ਕਦੀ 10 ਤੇ ਜ਼ਮਾਨਤਾਂ, ਜਦ ਤਾਂ ਜ਼ਮੀਨ ਤਾਂ ਸਾਰਿਆਂ ਨੂੰ ਤਲਾਸ਼ਣ ਵਾਸਤੇ ਫਿਕਰਮੰਦ ਹੋਣਾ ਚਾਹੀਦਾ ਸਾਰੇ।